ਪੇਕੇ ਮਿਲਣ ਆਏ ਇੱਕ ਵਿਆਹੁਤਾ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਘਰ ਦੇ ਵਿੱਚੋਂ ਇਹ ਸੈਰ ਕਰਨ ਦੇ ਲਈ ਨਿਕਲੀ ਸੀ, ਪਰ ਰਸਤੇ ਦੇ ਵਿੱਚ ਹੀ ਇੱਕ ਕੁੱਤਿਆਂ ਦੇ ਝੁੰਡ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਇਹ ਕਾਫੀ ਜ਼ਿਆਦਾ ਜ਼ਖਮੀ ਹੋ ਗਈ ਅਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਇਹ ਘਰ ਨਾ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਇਸ ਦਾ ਪਤਾ ਲਗਾਉਣ ਦੇ ਲਈ ਜਦੋਂ ਘਰੋਂ ਨਿਕਲਦੇ ਨੇ ਤਾਂ ਸੜਕ ਦੇ ਉੱਤੇ ਇਸ ਔਰਤ ਦੀ ਲਾਸ਼ ਦੇਖਦੇ ਨੇ ਪਈ ਹੋਈ, ਤੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਕੁੱਤਿਆਂ ਦਾ ਝੁੰਡ ਵੀ ਬਿਲਕੁਲ ਨਾਲ ਹੀ ਹੁੰਦਾ ਹੈ, ਤੇ ਕੁੱਤਿਆਂ ਨੂੰ ਭਜਾ ਕੇ ਇਸ ਔਰਤ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਇਸ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦਾ ਪਤੀ BSF ਦੇ ਵਿੱਚ ਨੌਕਰੀ ਕਰਦਾ ਹੈ ਤੇ ਇਸ ਦੇ 2 ਬੱਚੇ ਨੇ, ਤੇ ਕਾਫੀ ਸਮੇਂ ਬਾਅਦ ਪੇਕਿਆਂ ਦੇ ਵਿੱਚ ਆਪਣੇ ਮਿਲਣ ਦੇ ਲਈ ਆਈ ਹੋਈ ਸੀ, ਤੇ ਜਦੋਂ ਸਵੇਰੇ 5 ਵਜੇ ਸੈਰ ਕਰਨ ਦੇ ਲਈ ਨਿਕਲੀ ਤਾਂ ਰਸਤੇ ਦੇ ਵਿੱਚ ਆਦਮਖੋਰ ਕੁੱਤਿਆਂ ਦੇ ਝੁੰਡ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਜ਼ਖਮੀ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਦੱਸ ਦਈਏ ਕਿ ਅਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਹਾਲਾਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਅਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਨੂੰ ਕੱਟ ਲਿਆ ਜਾਂਦਾ ਹੈ, ਪਰ ਇੱਥੇ ਇੱਕ ਔਰਤ ਨੂੰ ਮੌਤ ਦੇ ਹੀ ਘਾਟ ਉਤਾਰ ਦਿੱਤਾ ਹੈ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਨੂੰ ਵੀ ਇਹਨਾਂ ਕੁੱਤਿਆਂ ਦਾ ਕੋਈ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਜੋ ਨੇ ਸੇਫ ਤਰੀਕੇ ਦੇ ਨਾਲ ਘਰ ਤੋਂ ਬਾਹਰ ਨਿਕਲ ਸਕਣ, ਕਿਉਂਕਿ ਇਹ ਔਰਤ ਆਪਣੇ ਪੇਕਿਆਂ ਦੇ ਵਿੱਚ ਪਰਿਵਾਰ ਨੂੰ ਮਿਲਣ ਦੇ ਲਈ ਆਈ ਹੋਈ ਸੀ ਤੇ ਜਦੋਂ ਸੈਰ ਤੇ ਗਈ ਤਾਂ ਇਸ ਦੇ ਉੱਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੇਕੇ ਮਿਲਣ ਆਏ ਇੱਕ ਵਿਆਹੁਤਾ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਘਰ ਦੇ ਵਿੱਚੋਂ ਇਹ ਸੈਰ ਕਰਨ ਦੇ ਲਈ ਨਿਕਲੀ ਸੀ, ਪਰ ਰਸਤੇ ਦੇ ਵਿੱਚ ਹੀ ਇੱਕ ਕੁੱਤਿਆਂ ਦੇ ਝੁੰਡ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਇਹ ਕਾਫੀ ਜ਼ਿਆਦਾ ਜ਼ਖਮੀ ਹੋ ਗਈ ਅਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਇਹ ਘਰ ਨਾ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਇਸ ਦਾ ਪਤਾ ਲਗਾਉਣ ਦੇ ਲਈ ਜਦੋਂ ਘਰੋਂ ਨਿਕਲਦੇ ਨੇ ਤਾਂ ਸੜਕ ਦੇ ਉੱਤੇ ਇਸ ਔਰਤ ਦੀ ਲਾਸ਼ ਦੇਖਦੇ ਨੇ ਪਈ ਹੋਈ, ਤੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਕੁੱਤਿਆਂ ਦਾ ਝੁੰਡ ਵੀ ਬਿਲਕੁਲ ਨਾਲ ਹੀ ਹੁੰਦਾ ਹੈ, ਤੇ ਕੁੱਤਿਆਂ ਨੂੰ ਭਜਾ ਕੇ ਇਸ ਔਰਤ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਇਸ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦਾ ਪਤੀ BSF ਦੇ ਵਿੱਚ ਨੌਕਰੀ ਕਰਦਾ ਹੈ ਤੇ ਇਸ ਦੇ 2 ਬੱਚੇ ਨੇ, ਤੇ ਕਾਫੀ ਸਮੇਂ ਬਾਅਦ ਪੇਕਿਆਂ ਦੇ ਵਿੱਚ ਆਪਣੇ ਮਿਲਣ ਦੇ ਲਈ ਆਈ ਹੋਈ ਸੀ, ਤੇ ਜਦੋਂ ਸਵੇਰੇ 5 ਵਜੇ ਸੈਰ ਕਰਨ ਦੇ ਲਈ ਨਿਕਲੀ ਤਾਂ ਰਸਤੇ ਦੇ ਵਿੱਚ ਆਦਮਖੋਰ ਕੁੱਤਿਆਂ ਦੇ ਝੁੰਡ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਜ਼ਖਮੀ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਦੱਸ ਦਈਏ ਕਿ ਅਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਹਾਲਾਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਅਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਨੂੰ ਕੱਟ ਲਿਆ ਜਾਂਦਾ ਹੈ, ਪਰ ਇੱਥੇ ਇੱਕ ਔਰਤ ਨੂੰ ਮੌਤ ਦੇ ਹੀ ਘਾਟ ਉਤਾਰ ਦਿੱਤਾ ਹੈ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਨੂੰ ਵੀ ਇਹਨਾਂ ਕੁੱਤਿਆਂ ਦਾ ਕੋਈ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਜੋ ਨੇ ਸੇਫ ਤਰੀਕੇ ਦੇ ਨਾਲ ਘਰ ਤੋਂ ਬਾਹਰ ਨਿਕਲ ਸਕਣ, ਕਿਉਂਕਿ ਇਹ ਔਰਤ ਆਪਣੇ ਪੇਕਿਆਂ ਦੇ ਵਿੱਚ ਪਰਿਵਾਰ ਨੂੰ ਮਿਲਣ ਦੇ ਲਈ ਆਈ ਹੋਈ ਸੀ ਤੇ ਜਦੋਂ ਸੈਰ ਤੇ ਗਈ ਤਾਂ ਇਸ ਦੇ ਉੱਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੇਕੇ ਮਿਲਣ ਆਏ ਇੱਕ ਵਿਆਹੁਤਾ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਘਰ ਦੇ ਵਿੱਚੋਂ ਇਹ ਸੈਰ ਕਰਨ ਦੇ ਲਈ ਨਿਕਲੀ ਸੀ, ਪਰ ਰਸਤੇ ਦੇ ਵਿੱਚ ਹੀ ਇੱਕ ਕੁੱਤਿਆਂ ਦੇ ਝੁੰਡ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੇ ਵਿੱਚ ਇਹ ਕਾਫੀ ਜ਼ਿਆਦਾ ਜ਼ਖਮੀ ਹੋ ਗਈ ਅਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਇਹ ਘਰ ਨਾ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਇਸ ਦਾ ਪਤਾ ਲਗਾਉਣ ਦੇ ਲਈ ਜਦੋਂ ਘਰੋਂ ਨਿਕਲਦੇ ਨੇ ਤਾਂ ਸੜਕ ਦੇ ਉੱਤੇ ਇਸ ਔਰਤ ਦੀ ਲਾਸ਼ ਦੇਖਦੇ ਨੇ ਪਈ ਹੋਈ, ਤੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਕੁੱਤਿਆਂ ਦਾ ਝੁੰਡ ਵੀ ਬਿਲਕੁਲ ਨਾਲ ਹੀ ਹੁੰਦਾ ਹੈ, ਤੇ ਕੁੱਤਿਆਂ ਨੂੰ ਭਜਾ ਕੇ ਇਸ ਔਰਤ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਇਸ ਦੀ ਮੌਤ ਹੋ ਜਾਂਦੀ ਹੈ।
ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦਾ ਪਤੀ BSF ਦੇ ਵਿੱਚ ਨੌਕਰੀ ਕਰਦਾ ਹੈ ਤੇ ਇਸ ਦੇ 2 ਬੱਚੇ ਨੇ ਤੇ ਕਾਫੀ ਸਮੇਂ ਬਾਅਦ ਪੇਕਿਆਂ ਦੇ ਵਿੱਚ ਆਪਣੇ ਮਿਲਣ ਦੇ ਲਈ ਆਈ ਹੋਈ ਸੀ ਤੇ ਜਦੋਂ ਸਵੇਰੇ 5 ਵਜੇ ਸੈਰ ਕਰਨ ਦੇ ਲਈ ਨਿਕਲੀ ਤਾਂ ਰਸਤੇ ਦੇ ਵਿੱਚ ਆਦਮਖੋਰ ਕੁੱਤਿਆਂ ਦੇ ਝੁੰਡ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਜ਼ਖਮੀ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਦੱਸ ਦਈਏ ਕਿ ਅਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਹਾਲਾਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿ ਅਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਹਨਾਂ ਨੂੰ ਕੱਟ ਲਿਆ ਜਾਂਦਾ ਹੈ, ਪਰ ਇੱਥੇ ਇੱਕ ਔਰਤ ਨੂੰ ਮੌਤ ਦੇ ਹੀ ਘਾਟ ਉਤਾਰ ਦਿੱਤਾ ਹੈ। ਤਾਂ ਦੱਸ ਦਈਏ ਕਿ ਪ੍ਰਸ਼ਾਸਨ ਨੂੰ ਵੀ ਇਹਨਾਂ ਕੁੱਤਿਆਂ ਦਾ ਕੋਈ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਜੋ ਨੇ ਸੇਫ ਤਰੀਕੇ ਦੇ ਨਾਲ ਘਰ ਤੋਂ ਬਾਹਰ ਨਿਕਲ ਸਕਣ, ਕਿਉਂਕਿ ਇਹ ਔਰਤ ਆਪਣੇ ਪੇਕਿਆਂ ਦੇ ਵਿੱਚ ਪਰਿਵਾਰ ਨੂੰ ਮਿਲਣ ਦੇ ਲਈ ਆਈ ਹੋਈ ਸੀ ਤੇ ਜਦੋਂ ਸੈਰ ਤੇ ਗਈ ਤਾਂ ਇਸ ਦੇ ਉੱਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।